ਲਿਬਰੇਸ਼ਨ ਪਾਰਟੀ ਦੇ ਸੂਬਾ ਪੱਧਰੀ ਸੱਦੇ ਤਹਿਤ ਹਿਸਾਬ ਦਿਓ ਜਵਾਬ ਦਿਓ ਨਾਰੇ ਹੇਠ ਹਲਕਾ ਬਲੂਡਾਡਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਸਮੇਂ ਵਿਧਾਇਕ ਬੁੱਧਰਾਮ ਜੀ ਨੇ ਧਰਨੇ ਵਿੱਚ ਆ ਕੇ ਆਪਣਾ ਪੱਖ ਰੱਖਿਆ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਖਿਲਾਫ਼ ਅਤੇ ਮਜ਼ਦੂਰਾਂ ਦੀ ਸਰਕਾਰ ਵੱਲੋਂ 2 ਸਾਲਾਂ ਤੋਂ ਰੋਕੀ ਦਿਹਾੜੀ ਦੀ ਰੇਟ ਲਿਸਟ ਨੂੰ ਜਾਰੀ ਕਰਾਉਣ, ਗਰੀਬ ਔਰਤਾਂ ਸਿਰ ਚੜ੍ਹੇ ਪ੍ਰਾਈਵੇਟ ਕੰਪਨੀਆਂ ਦੇ ਕਰਜ਼ਾ ਮਾਫ਼ੀ ਵਰਗੇ ਮੁੱਦਿਆਂ ਨੂੰ ਵਿਧਾਨ ਸਭਾ ਅੰਦਰ ਉਠਾਉਣ ਦਾ ਵਾਅਦਾ ਵੀ ਕੀਤਾ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਹੋਏ CPI ਲਿਬਰੇਸ਼ਨ ਦੇ ਸੂਬਾ ਸਕੱਤਰ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਦੇ ਘਰਾਂ ਅੱਗੇ ਧਰਨੇ ਦੇ ਕੇ 4.5 ਸਾਲਾਂ ਦੀ ਕਾਰਜਕਾਰੀ ਦਾ ਹਿਸਾਬ ਲੈਣ ਅਤੇ ਮਜ਼ਦੂਰਾਂ ਕਿਸਾਨਾਂ ਦੇ ਬੁਨਿਆਦੀ ਮੁੱਦਿਆਂ 'ਤੇ ਜਵਾਨ ਬੰਦ ਕਰਨ ਲਈ ਘੇਰਿਆ ਹੋਇਆ। ਉਹਨਾਂ ਕਿਹਾ ਕਿ ਕੋਰੋਨਾ ਬਿਮਾਰੀ ਵਿੱਚ ਮਰੇ ਹੋਏ ਲੋਕਾਂ ਨੂੰ ਮੁਫ਼ਤ ਦਵਾਈ ਦੀ ਥਾਂ ਕੈਪਟਨ ਸਰਕਾਰ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਕੇ ਵੇਚ ਕੇ ਮੁਨਾਫਾ ਕਮਾ ਰਹੀ ਹੈ। ਕੀ ਕੁਝ ਕਿਹਾ ਉਹਨਾਂ ਨੇ, ਆਓ ਦੇਖਦੇ ਹਾਂ ਬੁਢਲਾਡਾ ਤੋਂ ਬਿੱਟੂ ਬੁਢਲਾਡਾ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਂ ਕਾਮਰੇਡ ਧਰਮ ਸਿੰਘ ਖੁਡਾਲ, ਮਜ਼ਦੂਰ ਮੁਕਤੀ ਮੋਰਚੇ ਦਾ ਬਲਾਕ ਪ੍ਰਧਾਨ ਹਾਂ ਮੈਂ। ਅੱਜ ਅਸੀਂ CPIML ਲਿਬਰੇਸ਼ਨ ਵੱਲੋਂ ਜੋ 2 ਦਿਨਾਂ ਦਾ 7 ਅਤੇ 8 ਜੂਨ ਦਾ ਹਲਕੇ ਦੇ MLA ਜਾਂ ਕੋਈ MP ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹੜੇ ਜਿੱਤੇ ਹੋਏ ਨੇ, ਅਸੀਂ ਉਹਨਾਂ ਦੇ ਦਫ਼ਤਰਾਂ ਮੂਹਰੇ ਉਹਨਾਂ ਦੇ ਘਰਾਂ ਮੂਹਰੇ ਇਹ ਧਰਨੇ ਲਗਾਏ ਨੇ ਕਿ 4.5 ਸਾਲ ਹੋ ਗਏ ਸਰਕਾਰਾਂ ਬਣੀਆਂ ਨੂੰ ਅਤੇ MLA MPਆਂ ਨੂੰ ਜਿੱਤਿਆਂ ਨੂੰ। ਇਹ ਪੁੱਛਣ ਵਾਸਤੇ ਅਸੀਂ ਸਵਾਲ ਦਿਓ ਜਵਾਬ ਦਿਓ ਦੇ ਨਾਰੇ ਹੇਠ ਇਹਨਾਂ ਦੇ ਵਾਰਾਂ ਅੱਗੇ ਬੈਠੇ ਹਾਂ ਕਿ ਭਾਈ 4.5 ਸਾਲ ਹੋ ਗਏ ਤੁਹਾਨੂੰ ਸਰਕਾਰਾਂ ਵਿੱਚ ਆਇਆਂ ਨੂੰ, MLA MPਆਂ ਨੂੰ ਬਣਿਆਂ ਨੂੰ, ਕਿ ਜਨਤਾ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਉਹਨਾਂ ਵਾਸਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੀ ਮੁੱਦੇ ਉਠਾਏ ਨੇ, ਇਸ ਦਾ ਸਾਨੂੰ ਹਿਸਾਬ ਕਿਤਾਬ ਦਿਓ। ਜਿਵੇਂ ਕਿ ਖੇਤੀ ਸੰਬੰਧੀ 3 ਕਾਲੇ ਕਾਨੂੰਨ ਲਾਗੂ ਕੀਤੇ ਗਏ ਨੇ ਸਰਕਾਰ ਵੱਲੋਂ, ਉਹਦੇ ਵਾਸਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਕੀ ਬੋਲੇ ਹੋ ਅਤੇ ਕੀ ਜਵਾਬ ਮਿਲਿਆ, ਅਤੇ ਮਜ਼ਦੂਰਾਂ ਸੰਬੰਧੀ ਜਿਹੜੇ ਕਿਰਤ ਕਾਨੂੰਨ ਨੇ ਉਹਨਾਂ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ, ਉਹਦੇ ਵਾਸਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਕੀ ਸਵਾਲ ਉਠਾਏ ਨੇ, ਇਹਦੇ ਵਾਸਤੇ ਵੀ ਸਾਨੂੰ ਜਵਾਬ ਦਿਓ। ਅਤੇ ਹੋਰ ਜਿਵੇਂ ਦਲਤਾਂ ਦੇ ਉੱਤੇ ਅੱਜ ਕੱਲ੍ਹ ਅੱਤਿਆਚਾਰ ਹੋ ਰਿਹਾ, ਕੋਈ ਵੀ ਸੁਣਵਾਈ ਨਹੀਂ ਹੁੰਦੀ ਬਿਨਾਂ ਧਰਨੇ ਮੁਜ਼ਾਹਰੇ ਲਾਇਆਂ ਤੋਂ, ਉਹਨਾਂ ਵਾਸਤੇ ਤੁਸੀਂ ਉੱਥੇ ਕੀ ਸਵਾਲ ਉਠਾਏ ਨੇ। ਸੋ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਇਹਨਾਂ ਦੇ ਵਾਰਾਂ ਅੱਗੇ ਬੈਠੇ ਹਾਂ। ਸੋ ਮੈਂ ਇਹੀ ਗੱਲ ਦੁਬਾਰਾ ਫਿਰ ਦੁਹਰਾ ਰਿਹਾ ਕਿ ਜੇ ਮਜ਼ਦੂਰ ਮੁਕਤੀ ਮੋਰਚਾ ਅਤੇ ਲਿਬਰੇਸ਼ਨ ਵੱਲੋਂ ਅਸੀਂ 2 ਦਿਨਾਂ ਦੇ ਧਰਨੇ 'ਤੇ ਬੈਠੇ ਹੋਏ ਹਾਂ ਇਹੀ ਸਵਾਲ ਜਵਾਬ ਪੁੱਛਣ ਵਾਸਤੇ ਕਿ ਤੁਸੀਂ 4.5 ਸਾਲ ਦੇ ਵਿੱਚ ਕੀ ਸਰਕਾਰ ਤੋਂ ਮੰਗ ਕੀਤੀ ਹੈ ਸਾਡੇ ਮੁੱਦਿਆਂ ਸੰਬੰਧੀ। ਜੀ ਮੇਰਾ ਨਾਮ ਕਾਮਰੇਡ ਗੁਰਤੇਜ ਸਿੰਘ ਬਰੇਟ ਹੈ ਜੀ, ਅਤੇ ਜਿਹੜਾ ਅੱਜ ਸਾਡਾ ਧਰਨਾ ਗਾ ਪੂਰੇ ਪੰਜਾਬ ਦੇ ਵਿੱਚ, ਜੋ ਪਾਰਟੀਆਂ ਦੇ ਵੱਖ ਵੱਖ ਪਾਰਟੀਆਂ ਦੇ ਜਾਂ ਰੂਲਿੰਗ ਪਾਰਟੀਆਂ ਦੇ MLA ਨੇ ਉਹਨਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਅੱਗੇ ਹਿਸਾਬ ਦਿਓ ਜਵਾਬ ਦਿਓ ਰੈਲੀ ਤਹਿਤ ਅਸੀਂ ਇਹ ਧਰਨੇ ਲਗਾਏ ਗਏ ਨੇਗੇ ਕਿ ਉਹਨੇ ਪਿਛਲੇ ਜਿਹੜੇ 4.5 ਸਾਲ ਬੀਤ ਚੁੱਕੇ ਨੇ ਉਹਨਾਂ ਨੇ ਜਨਤਾ ਦੇ ਜਿਹੜੇ ਮੁੱਦੇ ਨੇ ਵਿਧਾਨ ਸਭਾ ਦੇ ਵਿੱਚ ਕਿੰਨੇ ਉਠਾਏ ਨੇਗੇ, ਕੀ ਉਹਨਾਂ ਨੇ ਜਿਹੜੇ ਸਵਾਲ ਨੇ ਜਨਤਾ ਦੇ ਲਈ ਉਹ ਸਰਕਾਰ ਨੂੰ ਪੁੱਛੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਅਸੀਂ ਇਸ ਧਰਨੇ ਦਿੱਤੇ ਗਏ ਨੇ। ਅੱਜ ਵੀ ਅਸੀਂ ਜਿਹੜੋ ਧਰਨਾ ਸਾਡਾ ਅੱਜ ਸਾਡਾ ਜਿਹੜਾ ਹਲਕਾ ਗਾ ਬੁਢਲਾਡਾ ਅਤੇ ਇਸਦੇ MLA ਨੇਗੇ ਬੁੱਧਰਾਮ ਪ੍ਰਿੰਸੀਪਲ ਜੀ ਉਹਨਾਂ ਦਾ ਜਿਹੜਾ ਦਫ਼ਤਰ ਹੈ ਉਹਦੇ ਪਾਰਟੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਹੈਗਾ, ਜਿਹਦੇ ਵਿੱਚ ਉਹ ਆਪਣੇ ਬੁੱਧਰਾਮ ਜੀ ਵਿਧਾਇਕ ਜੀ ਸਾਡੇ ਧਰਨੇ ਵਿੱਚ ਆਏ ਨੇ ਅਤੇ ਬੋਲੇ ਵੀ ਨੇ। ਹਾਲਾਂਕਿ ਉਹਨਾਂ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਦੱਸਿਆ ਵੀ ਹੈ ਕਿ ਉਹਨਾਂ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਨੇਗੇ ਕਾਫੀ ਜਿਹੜੇ ਮੁੱਦੇ ਨੇ, ਮਤਲਬ 150 ਦੇ ਲਗਭਗ ਉਹਨਾਂ ਨੇ ਜਿਹੜੇ ਪਿਛਲੇ 4.5 ਸਾਲਾਂ ਦੇ ਵਿੱਚ ਸਵਾਲ ਜਿਹੜੇ ਉਹ ਕੀਤੇ ਨੇ ਸਰਕਾਰ ਨੂੰ, ਅਤੇ ਉਹਨਾਂ ਦੇ ਸਰਕਾਰ ਨੇ ਜਵਾਬ ਵੀ ਦਿੱਤੇ ਨੇ ਬਹੁਤ ਸਾਰੇ ਸਵਾਲਾਂ ਦੇ, ਅਤੇ ਕੁਛ ਕੁ ਸਵਾਲਾਂ ਦੇ ਜਿਹੜੇ ਜਵਾਬ ਦੇਣ ਤੋਂ ਜਾਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਨਾਕਾਮ ਵੀ ਰਹੀ ਹੈ। ਪਰ ਫਿਰ ਵੀ ਜਿਹੜੇ ਬਹੁਤ ਸਾਰੇ ਮੁੱਦੇ ਨੇਗੇ ਆਮ ਆਦਮੀ ਪਾਰਟੀ ਦਾ ਇਹ MLA ਬੁੱਧਰਾਮ ਜੀ, ਅਤੇ ਉਹਨਾਂ ਦੇ ਵਿੱਚੋਂ ਉਹ ਬਹੁਤ ਜਿਹੜੇ ਸਵਾਲ ਨੇ ਉਹਨਾਂ ਦੇ ਉੱਤੇ ਇਹ ਖਰੇ ਨਹੀਂ ਉਤਰੇ ਹੈਗੇ। ਜਿਵੇਂ ਪਿੱਛੇ ਜੀ ਇੱਕ ਦਲਿਤ ਜਿਹੜਾ ਬੱਚਾ ਸੀ ਇੱਥੇ 22 ਸਾਲ ਦਾ ਮੁੰਡਾ ਸੀ, ਉਸਦੀ ਜਿਹੜੀ ਡੈਥ ਹੋ ਗਈ ਸੀ, ਉਸ ਸੰਬੰਧ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਪਾਰਟੀ ਦਾ ਜਾਂ MLA ਦਾ ਕੋਈ ਖਾਸ ਨਹੀਂ ਰਿਹਾ ਹੈਗਾ, ਕਿਉਂਕਿ ਉਹਨਾਂ ਨੇ ਇੱਕ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਸਾਨੂੰ ਦੱਸਿਆ ਕਿ ਅਸੀਂ ਉਸ ਪਾਸੇ ਚਲੇ ਗਏ ਸੀਗੇ, ਅਤੇ ਹੋਰ ਵੀ ਜੋ ਰਾਸ਼ਨ ਕਾਰਡ ਕੱਟੇ ਗਏ ਨੇ। ਅਤੇ 1-2 ਵਾਰ ਮੈਂ ਵੀ ਇਹਨਾਂ ਨੂੰ ਇੱਕ ਵਾਰੀ ਫੋਨ 'ਤੇ, ਮੈਂ ਇੱਕ ਨਿੱਜੀ ਤੌਰ 'ਤੇ ਤੁਹਾਨੂੰ ਦੱਸ ਰਿਹਾ, ਫੋਨ 'ਤੇ
कहा भी तो कहने मंग पत्र के रूप में एक बार असं इन्हों एक लैटर भी भेजा है कि सूँ कहने जी साढ़े किसी वर्कर राही सूँ भेज दो। तो उस तो बाद मैं एक दफ मतलब फोन किया कुछ चिर बाद भी साड़ा मामला जी मुद्दा है जी ये कहते जी हूँ दफ्तर साढ़े को इस तरह गल नहीं होंगी फोन से दफ्तर चाहो मैं जी दफ्तर के भी आ जानी कि वो मुद्दा से जोड़ा मैं थोड़े हूँ भी शेयर करना चाहना गा भी जोड़ा यह लाभपात्रियों का मुद्दा है मजदूर संबंधित है लेबर महकमे के संबंधित है तो भी एक गल होर जो विधानसभा के आम आदमी पार्टी वालों जोड़ा मुद्दा सगा जिहड़े केंद्र सरकार वालों जोड़े कानून से अपने लेबर के सारे खत्म करके जोड़ा इंस्पैक्टर का काम से वह लेबर चैक करता से भट्ठे वगैरह चैक करता से बड़िया फैक्ट्रियों चैक करता वो इंस्पैक्टर का जो रूल से खत्म करता बच्चों जोड़े मतलब कि चार कोड बनाते इन्होंने उस दे विधानसभा के इन्होंने कोई सवाल नहीं उठाया तो जितों तक के कांग्रेस सरकार है या आम आदमी पार्टी है इन्होंने खेती कानूनों का विरोध किया पर जोड़े किरत कानून से इन्हों का विरोध नहीं किया। खेती कानूनों के खिलाफ तो विधानसभा मता भी पै जाता गा पर जो लेबर के संबंधित गरीब लोगों के संबंधित मुद्दे से खेती किरत कानून से सोधा हुई ने उन्होंने खिलाफ कोई मता नहीं पिया ना ही दूजिया विरोधी पार्टियां ना ही रूलिंग पार्टी ने केंद्र सरकार के खिलाफ इसका कोई एक्शन लिया एक बड़ा सवाल सीगा ते बुधराम जी ने कहा जी सानू इस बारे भी गौर नहीं सी सानू इस बारे किरत कानूनों बारे ज़्यादा से नहीं बोले नहीं है वो आप ही मने ने इस गल पर असं कहना चाहते एक सब तो बड़ा पढ़े लिखे अपनी विधानसभा के एम एल ए ने गे ठीक है भी किरत जिहड़ा वो आप ही मजदूर परिवारों चो ने तो जी ज़्यादा वोट पई है मजदूरों की पई है पर मजदूरों के मुद्दे को लेकर आम आदमी पार्टी का यह जो विधायक है वो खास मुद्दे नहीं चक सकिया इस गल कही जिमें लेबर का गल सी इतने साड़ा लेबर का दफ्तर खुलिया हुआ उत्थे कापियां का मामला है जिमें एक रिश्वतखोरी चली हुई हैगी हूँ एक आस इस घड़ी के जोड़ा हूँ लॉकडाउन होया कापियां के मामले एक बड़ी रिश्वत जी चली हुई है कापियां बन रही ने तो पिछे जी इस मामले के उत्ते मैं एक बार इन मंग पत्र भी भेजा सी भी जोड़ा साडा 14-15 का 15-16 का स्कीमों के जोड़े फार्म भरे से उन्होंने पैसे नहीं मिले भी तुम विधानसभा के इस गलों उठाओ पर इन्होंने इस गलू सा मतलब कि उठाया नहीं ना ही वो 148 क्वेश्चन क्वेश्चन शामिल किया गया तो इसलिए जोड़े अज सा सवाल से अज प्रोग्राम से यही सी भी जोड़े जनता के मुद्दे से वह जनता के मुद्दों यह विधानसभा के किस तरह रख्या गया इन्होंने की जवाब नहीं गए तो क्योंकि जो आने वाले समय के जो दोबारे वोटा मंगने जाएंगे तो लोगों के गप्पा मारन भी असं आह कर देंगे जी सोडे लिए आह किया ठीक है जो जी ज़्यादा ऐतकी जी वोट का सिस्टम है क्योंकि जोड़ा ऐतकी एक मुद्दा भी विखाया जा रहा विधानसभा के दलित मुख्यमंत्री होगा दलितों एससी बंद एससी वोटर सिर्फ वोट बैंक वजो वरत्या जाता पर जो उन्होंने मुद्दे उन्होंने हक ने उन्होंने रिजर्वेशन का मुद्दा उन्होंने बारे कुछ नहीं बोलिया जे चलो एक पार्टी अलग है उन्होंने एक पार्टी का प्रोग्राम है उस पार्टी प्रोग्राम के साढ़े धरना देने आए हैं क्योंकि मैं जितया हुआ MLA हाँ इलाके रीप्रजेंट करना भावें वह दूजी पार्टी ने संबंध रखते हैं तो साड़ा फर्ज बनता है भी जेकर उन्होंने पार्टी का प्रोग्राम है तो असं उन्होंने आवभगत करिए असी उन्होंने पानी पियाईए असी उन्होंने चाह पियाईए क्योंकि जोड़े बंदे मजदूर बैठे ने सारे सांझे ने इन्हें जो अद्ध बंदे बंदे यह भी होर बहुत ने बंद जिन्होंने वोट मैनू पाई है सो साडा असी वितकरेबाजी तो करनी नहीं भी तुसी लिबरेशन दिओ तो सुनो चाह भी नहीं पुछनी यह वितकरेबाजी होगी ना किरतियां दे नाल सो असी बिल्कुल मानसिकी जात सब एको पहचान बोल के सिद्धांत चलते हैं सो जिहड़ा भी कल कोई होर पार्टी आऊगी जो सारे धरना मारती है तो असी उन्होंने भी चाह पानी पियावांगे गल यही है भी तुहाडे कोल तुसी भी अपोजिशन मैं भी अपोजिशन दा तुसी मुद्दा तो दसो कित्थे टिक गया असी आम आदमी पार्टी ने पिछले करोना सिस्टम के युग के करोना के इस संकट के बकायदा धरना लाया उत्थे जी DFC है डिस्ट्रिक्ट फूड कंट्रोलर बुला के वो तो लिखते ही लिया भी असी कार्ड बनावे असी हज़ार कार्ड बनाते उस बाद हज़ार कार्ड जो साढ़े को आए थे जो करोना कट्टे गए हैं गलत है भी जी हरी झंडी है वह मिलती कितों है कैप्टन सरकार तो जे कैप्टन ही सरकार दलित विरोधी है गरीब विरोधी है तो वो मतलब जो है वो कोई कुछ नहीं कर सकता सो लोड़ है इस गल की है कि मैं विधानसभा प्रश्न का हल लाया मैं विधानसभा लाया विधानसभा बोलिया हर बार जो कोई बैट आती है हर बार जो डिबेट होंगी है असी डाटा दाल जो कार्ड ने वो बकायदा उन्होंने गल करते हैं यह सवाल ही पता होंगे मेरे को लिखती रिकॉर्ड पे मैं आटा दाल दे मैं इन्होंने उत्थे सुनाए भी ने भी क्वेश्चन नंबर आह आटा दाल का लगे क्वेश्चन नंबर आह शगन स्कीम का लगे क्वेश्चन नंबर आह वजीफे का लगे क्वेश्चन नंबर ये ऐसी उद्यमियों माइक्रो फाइनांस कंपनियों जोड़ा है उन्होंने कर्जे माफ़ करने वास्ते लगे
ਇਹ ਬਕਾਇਦਾ ਮੈਂ ਇਹਨੂੰ ਬੋਲਿਆ ਜੇਕਰ ਹਜੇ ਵੀ ਸੈਟਿਸਫਾਈ ਨਹੀਂ ਹੁੰਦੇ ਤਾਂ ਫਿਰ ਦੇਖੋ ਉਹਦੇ ਪਰ ਤਾਂ ਕੋਈ ਵੀ ਨਹੀਂ ਸਾਡਾ ਮਤਲਬ ਆਪੋਜੀਸ਼ਨ ਹੋਣ ਤੌਰ 'ਤੇ ਭਾਵੇਂ ਇਹ ਪਾਰਟੀ ਹੈ ਭਾਵੇਂ ਅਸੀਂ ਹੈ ਸਾਡਾ ਮਤਲਬ ਵਿਧਾਨ ਸਭਾ 'ਚ ਬੋਲਣਾ ਮੁੱਦਾ ਉਠਾਉਣਾ ਅਤੇ ਸੰਘਰਸ਼ ਕਰਨਾ ਉਹ ਅਸੀਂ ਕਰ ਰਹੇ ਹਾਂ ਇਹ ਖੜਕੇ ਇਹਨਾਂ ਨੂੰ ਦੱਸ ਚੁੱਕਿਆ ਵੀ ਸਾਰ ਨੂੰ ਪਹਿਲਾਂ ਜਿਹੜਾ ਹੈਗਾ ਸੀ ਇਹ ਮੁੱਦਾ ਮੇਰੇ ਕੋਲ ਆਇਆ ਸੀ ਇਹ ਲਾਸ਼ ਜਿਹੜੀ ਹੈਗੀ ਹੈ ਬਕਾਇਦਾ ਉਹਨਾਂ ਨੂੰ ਜਾ ਕੇ ਪੁੱਛ ਲਓ ਵਾਰਸਾਂ ਨੂੰ ਜਿਹੜੇ ਬੰਦੇ ਨਾਲ ਆਏ ਸੀ ਲੈਂਦੀ ਗਈ ਹੈ ਮੈਂ ਖੁਦ ਉੱਥੇ ਹਸਪਤਾਲ 'ਚ ਗਿਆ ਅਗਲੇ ਦਿਨ ਉਦੋਂ ਕੋਈ ਕਿਸੇ ਕਿਸਮ ਦਾ ਹੋਰ ਕੋਈ ਪਾਰਟੀ ਵਾਲਾ ਬੰਦਾ ਨਹੀਂ ਆਇਆ ਸੀਗਾ ਮੇਰੀ ਅਖਬਾਰ 'ਚ ਖਬਰ ਵੀ ਲੱਗੀ ਹੈ ਮਚੰਦੇ ਰਾਹੀਂ ਸੁਨੀਲ ਮਚੰਦਾ ਜਿਹੜਾ ਉਹਦੇ ਵਿੱਚ ਵੀ ਬੁੱਧਰਾਂ ਨੂੰ ਉੱਥੇ ਪਹੁੰਚਿਆ ਉਦੋਂ ਕੋਈ ਧਰਨਾ ਨਹੀਂ ਸੀਗਾ ਨੈਕਸਟ ਡੇ ਜਿਸ ਧਰਨਾ ਲੱਗਿਆ ਉਹਦੇ ਮੇਰੀ ਸਕੀ ਭੈਣ ਦੀ ਡੈਥ ਹੋ ਗਈ ਸੀ ਮੈਂ ਕਲੀਅਰ ਕਰਤਾ ਕਿ ਮੇਰੀ ਸਕੀ ਭੈਣ ਜਖੇਪਲ ਵਿਆਹੀ ਸੀ ਮੈਥੋਂ ਵੱਡੀ ਸੀ 10 ਸਾਲ ਉਹਦੀ ਡੈਥ ਹੋ ਗਈ ਸੀ ਕੁਦਰਤੀ ਗੱਲ ਹੈ ਵੀ ਉੱਥੇ ਦੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਭੋਗ ਹੈ ਹੋਰ ਹੈ ਉਹ ਸਾਰੇ ਦੇ ਮੇਰਾ ਇੱਕ ਫਰਜ਼ ਬਣਦਾ ਸੀਗਾ ਮੈਂ ਉੱਥੇ ਗਿਆ ਅਤੇ ਆਪਣੀ ਪਾਰਟੀ ਜਿਹੜੇ ਬੰਦੇ ਸੀਗੇ ਬਕਾਇਦਾ ਸਾਰੇ ਜਿੰਨੇ ਕੁ ਹੈਗੇ ਸੀ ਕਿਉਂਕਿ ਸਾਰੇ ਬੰਦੇ ਆਮ ਆਦਮੀ ਪਾਰਟੀ ਦੇ ਕਾਫੀ ਬੰਦੇ ਸੀ ਉਹ ਧਰਨੇ ਸ਼ਾਮਿਲ ਸੀ ਔਰ ਐਕਸ਼ਨ ਕਮੇਟੀ ਬਣਾਈ ਉਹ 'ਚ ਆਪਣਾ ਬੰਦੇ ਦਾ ਕੋਈ ਨਾਂ ਨਹੀਂ ਲਿਆ ਗਿਆ ਸੀ ਇਸ ਕਰਕੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ ਜੋ ਦਲਿਤਾਂ ਨਾਲ ਹੋਇਆ ਰਹੀ ਗੱਲ ਪਾਰਟੀ ਦਲਿਤਾਂ ਦੀ ਸੰਬੰਧ ਗੱਲ ਅੱਜ ਪਾਰਟੀ ਦਲਿਤਾਂ ਦੇ ਹਰੇਕ ਮੁੱਦੇ 'ਤੇ ਪੂਰੀ ਸੁਹਿਰਦ ਹੈ ਪੰਜਾਬ ਦਾ LOP ਲੀਡਰ ਆਪੋਜੀਸ਼ਨ ਹਰਪਾਲ ਸਿੰਘ ਚੀਮਾ ਦਲਿਤ ਵਰਗ 'ਚੋਂ ਹੈ ਪੰਜਾਬ ਦਾ ਡਿਪਟੀ LOP ਅੱਜ ਸਰਬਜੀਤ ਕੌਰ ਮਾਣੂਕੇ ਉਹ ਦਲਿਤ ਵਰਗ ਦੇ ਵਿੱਚੋਂ ਹੈ ਇਸ ਤੋਂ ਪਹਿਲਾਂ ਜਿਹੜੀ ਕੋਰ ਕਮੇਟੀ ਸੀ ਹੁਣ ਭੰਗ ਹੋ ਚੁੱਕੀ ਹੈ ਉਹਦਾ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਜਾਨ ਕੇ ਮੈਂ ਉਹ ਵੀ ਦਲਿਤ ਵਰਗ ਦੇ ਵਿੱਚੋਂ ਸੀਗਾ ਸੋ ਇਸ ਕਰਕੇ ਸਾਡੀ ਪਾਰਟੀ ਦੇ ਵਿੱਚੋਂ ਜਿਹੜੀ ਦਿੱਲੀ ਦੇ ਵਿੱਚ ਅੱਜ ਕੇਜਰੀਵਾਲ ਮਾਡਲ ਕੰਮ ਕਰ ਰਿਹਾ ਹੈ ਉੱਥੇ ਹਰੇਕ ਨੂੰ ਸਿੱਖਿਆ ਸਹੂਲਤ ਦਿੱਤੀ ਗਈ ਹੈ ਸਿੱਖਿਆ ਸਹੂਲਤ ਮੁਫਤ ਦੇਣ ਦੀ ਸਭ ਨਾਲੋਂ ਵੱਧ ਫਾਇਦਾ ਕਿਹਨੂੰ ਹੁੰਦਾ ਹੈ ਗਰੀਬ ਵਰਗ ਨੂੰ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਜ਼ਿਮੀਂਦਾਰ ਹੈ ਭਾਵੇਂ ਉਹ ਦਲਿਤ ਵਰਗ ਦਾ ਹੈ ਜ਼ਿਆਦਾ ਗਰੀਬ ਦਲਿਤ ਨੇ ਇਸ ਕਰਕੇ ਉਹਨਾਂ ਵਾਸਤੇ ਪੂਰਾ ਸੁਹਿਰਦ ਹੈ ਘਰ ਘਰ ਆਟਾ ਦੇਣ ਦੀ ਸਕੀਮ ਦਿੱਲੀ ਵਿੱਚ ਚੱਲ ਰਹੀ ਹੈ ਅੱਜ ਮੋਦੀ ਸਰਕਾਰ ਨੇ ਬੈਨ ਲਾਤਾ ਅੱਛਾ ਫਿਰ ਨੰਬਰ 3 'ਤੇ ਹੋਸਪਿਟਲਾਂ ਦੇ ਵਿੱਚ ਉੱਥੇ ਫਰੀ ਇਲਾਜ ਹੋ ਰਿਹਾ ਹੈ ਉਹ ਸਾਰਿਆਂ ਨਾਲੋਂ ਫਾਇਦਾ ਕਿਹਨੂੰ ਹੁੰਦਾ ਹੈ ਆਮ ਛੋਟੇ ਬੰਦੇ ਨੂੰ ਭਾਵੇਂ ਕਿ ਦਲਿਤ ਹੈ ਅਤੇ ਭਾਵੇਂ ਛੋਟਾ ਜ਼ਿਮੀਂਦਾਰ ਹੈ ਭਾਵੇਂ ਕੋਈ ਵੀ ਹੈ ਸੋ ਗਰੀਬਾਂ ਪ੍ਰਤੀ ਕਿਰਤੀਆਂ ਪ੍ਰਤੀ ਦਲਿਤਾਂ ਪ੍ਰਤੀ ਆਮ ਆਦਮੀ ਪਾਰਟੀ ਪੂਰੀ ਸੁਚੇਤ ਹੈ ਔਰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਵਿੱਚ ਇਲੈਕਸ਼ਨਾਂ ਹੋਣਗੀਆਂ ਪਾਰਟੀ ਜਿੱਤ ਜਾਂਦੀ ਹੈ ਤਾਂ ਜਿਹੜੇ ਗਰੀਬ ਲੋਕਾਂ ਦੇ ਅਤੇ ਕਿਰਤੀਆਂ ਪੱਖੀ ਜਿਹੜੀ ਨੀਤੀਆਂ ਨੇ ਉਹ ਦਿੱਲੀ ਦੇ ਕੇਜਰੀਵਾਲ ਮਾਡਲ ਵਾਂਗੂ ਅਸੀਂ ਹਰੇਕ ਨੂੰ ਉਹਨਾਂ ਨੂੰ ਸੈਟਿਸਫਾਈ ਕਰਾਂਗੇ ਉਹਨਾਂ ਨੂੰ ਮੁਫਤ ਸਿੱਖਿਆ ਦੇਵਾਂਗੇ ਉਹਨਾਂ ਨੂੰ ਮੁਫਤ ਇਲਾਜ ਕਰਾਂਗੇ ਉਹਨਾਂ ਦੇ ਘਰ ਰਾਸ਼ਨ ਕਾਰਡ ਉਹਨਾਂ ਦੇ ਆਟਾ ਦਾਲ ਦੇ ਆਂਗਣਵਾੜੀ ਦੇ ਜਿਹੜਾ ਸਮਾਨ ਮਿਲਦਾ ਉਹਨਾਂ ਘਰੇ ਪਹੁੰਚਾਵਾਂਗੇ ਇਹ ਸਾਡਾ ਪੂਰਾ ਵਾਅਦਾ ਹੈ ਔਰ ਘਰ ਘਰ ਜਿਹੜੀ 72 ਲੱਖ ਪਰਿਵਾਰਾਂ ਨੂੰ ਬਿਜਲੀ ਮੁਫਤ ਦਿੱਤੀ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਪਰਿਵਾਰਾਂ ਗਰੀਬ ਪਰਿਵਾਰਾਂ ਨੂੰ ਬਿਜਲੀ ਮੁਫਤ ਮਿਲੂ ਦੇਖੋ ਅੱਜ CPM ਲਿਬਰੇਸ਼ਨ ਵੱਲੋਂ ਜੋ MLA ਤੌਰ 'ਤੇ ਮੇਰੇ ਦਫ਼ਤਰ ਦੇ ਸਾਹਮਣੇ ਆਏ ਨੇ ਧਰਨਾ ਮਾਰਿਆ ਕਿ ਜਵਾਬ ਦਿਓ ਹਿਸਾਬ ਦਿਓ ਸਭ ਤੋਂ ਪਹਿਲੀ ਗੱਲ ਤਾਂ ਵੀ ਸਿਧਾਂਤਕ ਤੌਰ 'ਤੇ ਮੈਂ ਗੱਲ ਇਹ ਜਦੋਂ ਉਹਨਾਂ ਨੇ ਗੱਲ ਕੀਤੀ ਸੀ ਮੈਂ ਸਟੇਜ 'ਤੇ ਬੋਲਦਿਆਂ ਹੋਇਆਂ ਸਾਰੀ ਗੱਲਾਂ ਉਹਨਾਂ ਨੂੰ ਗੱਲ ਕੀਤੀਆਂ ਵੀ ਹਿਸਾਬ ਉਹਨਾਂ ਤੋਂ ਮੰਗਿਆ ਜਾਂਦਾ ਜਿਹੜੇ ਸੱਤਾ 'ਚ ਹੋਣ ਅਸੀਂ ਸੱਤਾ 'ਚ ਨਹੀਂ ਹੈ ਅਸੀਂ ਅਪੋਜੀਸ਼ਨ ਦੇ ਹਾਂ ਇਸ ਕਰਕੇ ਚੰਗਾ ਹੁੰਦਾ ਜੇ ਇਹੀ ਗੱਲ ਕਾਂਗਰਸ ਦੇ ਕਿਸੇ ਦਫ਼ਤਰ ਦੇ ਵਿੱਚ ਉੱਥੇ ਲੱਗੀ ਹੁੰਦੀ ਕਿਉਂਕਿ ਜਿਹੜੀ CPM ਲਿਬਰੇਸ਼ਨ ਹੈ ਇਹ ਵੀ ਇਲੈਕਸ਼ਨ ਲੜਦੀ ਹੈ ਅਸੀਂ ਵੀ ਇਲੈਕਸ਼ਨ ਲੜੀ ਹੈ CPM ਲਿਬਰੇਸ਼ਨ ਦੇ ਇੱਕ ਉਮੀਦਵਾਰ ਨੂੰ ਭਗਵੰਤ ਸਿੰਘ ਮਾਨ ਨੂੰ 1601 ਵੋਟ ਪਈ ਸੀ ਮੈਨੂੰ 53,000 ਵੋਟ ਪਈ ਸੀ ਸੋ ਆਪੋਜੀਸ਼ਨ ਦਾ ਜਿਹੜਾ ਰੋਲ ਹੁੰਦਾ ਉਹ ਇੱਕ ਚੌਕੀਦਾਰ ਦਾ ਹੁੰਦਾ ਜਿੰਨੇ ਵੀ ਇਲਾਕੇ ਦੀਆਂ ਮੰਗਾਂ ਨੇ ਉਹ ਇਲਾਕੇ ਦੀਆਂ ਮੰਗਾਂ ਨੂੰ ਜਾਂ ਜਿੰਨੀਆਂ ਮੰਗਾਂ ਉਹਦੇ ਕੋਲ ਆਉਂਦੀਆਂ ਨੇ ਉਹਨਾਂ ਮੁੱਦਿਆਂ ਨੂੰ ਉਹ ਵਿਧਾਨ ਸਭਾ 'ਚ ਦੱਸੇ ਰੱਖੇ ਗੱਲ ਕਰੇ ਔਰ ਦੂਜੀ ਗੱਲ ਇਹ ਹੈ ਵੀ ਸਰਕਾਰ ਕਾਂਗਰਸ ਦੀ ਹੈ ਤੁਹਾਨੂੰ ਪਤਾ ਵੀ ਪਿਛਲੇ 4 ਸਾਲ ਤੋਂ ਟੋਟਲ ਫੇਲ ਕਾਂਗਰਸ ਸਰਕਾਰ ਹੈ ਇਹਨਾਂ ਨੇ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਨਾ ਵਪਾਰੀਆਂ ਦਾ ਨਾ ਮੁਲਾਜ਼ਮਾਂ ਦਾ ਨਾ ਵਿਦਿਆਰਥੀਆਂ ਦਾ ਇੱਕ ਵੀ ਮੰਗ 'ਤੇ ਖਰੀ ਨਹੀਂ ਉਤਰੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਹ ਕਿਹਾ ਸੀ ਵੀ ਨਸ਼ਾ ਬੰਦ ਕਰ ਦਾਂਗੇ ਪਰੰਤੂ ਨਸ਼ੇ ਬੰਦ ਨਹੀਂ ਹੋਏ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਅਸੀਂ ਅੰਦਰ ਕਰਾਂਗੇ ਤਾਂ 1.5 ਸਾਲ ਅਕਾਲੀਆਂ ਦਾ ਅਤੇ ਹੁਣ 4.5 ਸਾਲ ਜਿਹੜੇ ਕਾਂਗਰਸ ਦੇ ਨੇ ਵਿੱਚ ਸੰਗੋ ਗੁਰੂਆਂ ਦੇ ਨਾਲ ਧੋਖਾ ਕੀਤਾ ਇਹਨਾਂ ਨੇ ਠੱਗੀ ਮਾਰੀ ਹੈ ਰੱਬ ਨਾਲ ਠੱਗੀਆਂ ਮਾਰੀਆਂ ਨੇ ਸੋ ਉਹ ਗੱਲ ਦਾ ਲੋਕਾਂ ਦੇ ਵਿੱਚ ਵੱਡਾ ਰੋਸ ਹੈ ਖੁਦ ਇਹਨਾਂ ਦੇ MLA ਪ੍ਰਗਟ ਸਿੰਘ ਵਰਗੇ ਜਿਹੜੇ ਪਦਮ ਸ਼੍ਰੀ ਨੇ ਉਹਨਾਂ ਠੋਕਣ ਦੀਆਂ ਗੱਲਾਂ ਕਰ ਰਹੇ ਨੇ ਨਿਰਮਲ ਸਿੰਘ ਵਰਗੇ MLA ਨੂੰ ਦੇ ਕੰਮ ਨਹੀਂ ਹੋ ਰਹੇ ਸੁਰਜੀਤ ਮਾਨ ਨੇ ਕਿਹਾ ਕਿ ਮੇਰੀ ਗੱਲ ਨਹੀਂ ਕੋਈ ਸੁਣਦਾ ਅਫਸਰ ਸੋ ਅੱਜ ਟੋਟਲ ਜਿਹੜੀ ਕਾਂਗਰਸ ਸਰਕਾਰ ਹੈ ਫਲਾਪ ਹੋ ਚੁੱਕੀ ਹੈ ਸੋ ਚਾਹੀਦਾ ਤਾਂ ਇਹ ਸੀ ਵੀ ਸਾਰੇ ਆਪੋਜੀਸ਼ਨ ਇਕੱਠੀ ਹੋ ਕੇ ਕਾਂਗਰਸ ਦੇ ਖਿਲਾਫ਼ ਧਰਨਾ ਮਾਰਦੇ ਚਲੋ ਇਹਨਾਂ ਨੇ ਸਾਡੇ ਕੋਲ ਧਰਨਾ ਮਾਰਿਆ ਮੈਥੋਂ ਜਵਾਬ ਮੰਗਿਆ ਵੀ ਤੁਸੀਂ ਕੀਤਾ ਤਾਂ ਮੈਂ ਇਹਨਾਂ ਦੱਸਿਆ ਕਿ ਮੈਂ ਪੂਰੇ 4.5 ਸਾਲ ਦੇ ਵਿੱਚ ਪੰਜਾਬ 'ਚ ਸਾਰਿਆਂ ਨਾਲੋਂ ਵੱਧ ਜਿਹੜੇ ਪ੍ਰਸ਼ਨ ਨੇ ਉਹ ਮੈਂ ਲਾਏ ਨੇ
148 प्रेशर मैल आए जिन्हां दे क्वेश्चन लग चुके ने, जिन्हां दे नंबरिंग लग चुकी है, 149 होर मुद्दे चके ने मैं अपने भाषण दे विच ते सप्लीमेंटरी क्वेश्चन दे विच। यानी कि जिन्ने भी मेरे मुद्दे मेरे को आए लोग दसते, मैं हरेक मुद्दा विधानसभा रखे, एक भी दिन विधानसभा यहाँ जहाँ नहीं रहा जिसे मैं ना बोलिया होव। मैं इन्हों 17 17 जोड़े प्रश्न से मैं कल कल जवाब दिता है। कुल कुछ प्रश्न तो है जे वो सरकार संबंध रखते, जो 2500 पेंशन की गल है, मजदूर संबंधित गल है, करजे माफ़ करने वाली गल है, बिजली के महंगी बिजली की गल है, ये सारे सरकार तो प्रश्न असी पुछते हैं, ये पुछते हैं। साडा मकसद यह कि इन प्रश्नों बारे तुम विधानसभा आवाज़ उठाई तो मैं लिखती तौर पर प्रश्न दिखाते इन्हों कले कले पढ़ के, क्योंकि 100 मेरे को सारे पूरा डिटेल है 5 साल की भी मैं किन्ने प्रश्न लाए ने, उहदे नंबर की है, तो किहड़े मुद्दे चके ने। मैं उन्होंने जिहड़े किरती वर्ग नाल संबंध रखते हैं, दलित वर्ग नाल संबंध रखते हैं, क्योंकि लिबरेशन वाले जिहड़े ये मुक्ति मोर्चा वाले बंदे सज्जन बैठे सीगे, सो उन्हां नूं मैं गिण के दस्सिया। बाकी जिहड़े मुद्दे ने तुसीं मेरी कापी लै सकदे हो, उहदे विच तुसीं लभ सकदे हो कि मैं हरेक वर्ग के नाल मुद्दा उत्थे उठाया है। और जिहड़ी सैटिस्फैक्शन की गल हुंदी है, देखो अपोजिशन वाली जिहड़ी दूजी धिर है, इह कदे भी कोई किसे दूजे दे सैटिस्फैक्शन नहीं हुंदी, कुछ तो होंगी, क्योंकि उन्होंने अपनी नीति है, उन्होंने अपनी कारगुजारी है, साड़ी अपनी नीति है, साड़ी अपनी कारगुजारी है, असी आम आदमी पार्टी के मुताबिक चलना है, उन्होंने लिबरेशन के मुताबिक चलना है। सो इस करके चाहिदा यह कि मुख्यमंत्री के दरबार से धरने लाते, मुख्यमंत्री के जिहड़ा कांग्रेस सरकार का हलका इंचार्ज है वो धरना लाते तो बढ़िया वधिया गल सी। मैं इतों जवाब मंगया, मैं अपने जिन्ना मैं विधानसभा बोलिया जिन्ने मैं प्रश्न लाए ने मैं सामने रख दिए।